ਮਨ ਤੀ ਵੇ ਸੁਣ ਸ਼ਬਦ ਵਿਚਾਰਾ ਮਨ ਤੀ ਵੇ ਸੁਣ ਸ਼ਬਦ ਵਿਚਾਰਾ ਜਿਉਂ ਜਿਮ ਭਰ ਸੈ ਉਮਰਤ ਧਾ ਮਨ ਤੀ ਵੇ ਸੁਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਵਾਹਿਗੁਰੂ ਜੀ ਦਾ ਜਪ ਅਪ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 296 ਦੇ ਉੱਪਰ ਅੰਕਿਤ ਸੋ ਕਮਨੀ ਸਹਿਬ ਜੀ ਦੀ ਆਖਰੀ ਅਸਤਪਤੀ 24ਵੀਂ ਅਸਤਪਤੀ ਦੇ ਇਹ ਪਦਿਆਂ ਦੀ ਵਿਚਾਰ ਆਪਾਂ ਕੱਲ ਕੀਤੀ ਸੀ ਅੱਜ ਅਖੀਰਲੇ ਦੋ ਪਦੇ 7ਵੇਂ ਤੇ 8ਵੇਂ ਇਹਦੀ ਵਿਚਾਰ ਕਰਨੀ ਹੈ ਇਸ ਤੋਂ ਬਾਅਦ ਗੌੜੀ ਰਾਗ ਦੀ 33 ਨਾਮ ਦੀ ਬਾਣੀ ਸ਼ੁਰੂ ਹੋਏਗੀ ਤੇ 33 ਨਾਮ ਦੀ ਬਾਣੀ ਦੀਆਂ ਦੋ ਪੌੜੀਆਂ ਦੀ ਵਿਚਾਰ ਅੱਜ ਇਸ ਅੰਗ ਦੇ ਹੋ ਕਰੀਏ ਦੀਦਾਰ ਜੀ ਇਹ ਨਦਾਨ ਜਪੇ ਮਨ ਕੋਈ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਗਿਆਨ ਰੂਪੀ ਨਾਮ ਦਾ ਖਜ਼ਾਨਾ ਹੈ ਇਹਨੂੰ ਜ਼ਿੰਦਗੀ ਚ ਜਿਉਣਾ ਜਪਣਾ ਹੈ ਇਹਦੇ ਚ ਗੁਣਾਂ ਦਾ ਖਜ਼ਾਨਾ ਮਿਲੇਗਾ ਗੁਣਾਂ ਦੇ ਖਜ਼ਾਨੇ ਨੂੰ ਜ਼ਿੰਦਗੀ ਵਿੱਚ ਸਮੋਣਾ ਸੋਚ ਵਿੱਚ ਸੁਭਾਅ ਵਿੱਚ ਗੁਣ ਹੋਣ ਵਰਤੋਂ ਵਿਵਹਾਰ ਵਿੱਚ ਗੁਣ ਹੋਣ ਪ੍ਰੈਕਟੀਕਲ ਗੁਣਾਂ ਨੂੰ ਜਿਉਂਦਿਆਂ ਸ਼ੁਕਰਾਨੇ ਵਜੋਂ ਇਹਨਾਂ ਗੁਣਾਂ ਨਾਲ ਪਰਪਕਾਰ ਕਰਨਾ ਦੂਜਿਆਂ ਲਈ ਜਿਉਣਾ ਦੂਜਿਆਂ ਨੂੰ ਦਾ ਭਲਾ ਕਰਨਾ ਇਹ ਗੁਣਾਂ ਨੂੰ ਗਾਉਣਾ ਹੈ ਫਿਰ ਉਹਦੀ ਮਿੱਠੀ ਮਿੱਠੀ ਯਾਦ ਸ਼ੁਕਰਾਨਾ ਉਹਦੀ ਪੈਪਾਪਨੀ ਭੇਜਿਉਣਾ ਇਸ ਤਰ੍ਹਾਂ ਇਹ ਰੱਬੀ ਖਜ਼ਾਨੇ ਨੂੰ ਜਪਣਾ ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਜਾਗਦੀ ਹੈ ਸਿੱਧਕ ਪੈਦਾ ਹੁੰਦਾ ਹੈ ਜਜ਼ਬਾ ਪੈਦਾ ਹੁੰਦਾ ਹੈ ਮੈਂ ਕੌਮ ਦੇ ਲਈ ਕੁਝ ਕਰਾਂ ਗੁਰੂ ਜੀਆ ਸਿੱਖਿਆ ਮਾਨਸਰਜੀ ਜੀ ਸਭ ਜੁਗ ਮਹਿ ਤਾਂ ਕੀ ਗਤ ਹੋਏ ਅਸਾ ਰਾਗ ਦੀ ਵਾਰ ਵਿੱਚ ਚਾਰ ਤਰ੍ਹਾਂ ਦੇ ਹਾਲਾਤ ਦੱਸੇ ਨੇ ਸਾਡੇ ਅੰਦਰ ਸਤ ਜੁਗ ਕਲ ਜੁਗ ਤ੍ਰੇਤਾ ਦੁਆਪਰ ਚਾਰ ਤਰ੍ਹਾਂ ਦੇ ਹਾਲਾਤ ਨੇ ਸਾਡੇ ਅੰਦਰ ਨੇ ਹਿੰਦੂ ਵੀਰਾਂ ਦੀ ਫਲਸਫੀ ਹੈ ਕਿ ਦੁਨੀਆ ਦੇ ਵਿੱਚ ਇਹ ਬਾਰੀ ਬਾਰੀ ਨਾਲ ਚੱਲ ਰਹੇ ਨੇ ਜੁਗ ਗੁਰਮਤ ਦੀ ਫਲਸਫੀ ਹੈ ਅੰਦਰ ਸਾਡੇ ਨੇਤੇ ਜੁਗ ਬਦਲਦੇ ਨੇ ਅੰਦਰ ਜੋ ਮਰਜੀ ਹਾਲਾਤ ਹੋਣ ਉਦੀ ਗੁਰੂ ਵੱਲ ਤੁਰਨ ਦੀ ਰੱਬ ਦੇ ਮਿਸ਼ਨ ਤੇ ਤੁਰਨ ਦੀ ਗਤੀ ਰਫ਼ਤਾਰ ਬਣੀ ਰਹਿੰਦੀ ਹੈ ਉਹ ਤੁਰੇ ਰਹਿੰਦੇ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਗੋਣ ਗੋਬਿੰਦ ਨਾਮ ਧੁਨ ਬਾਣੀ ਉਹਨਾਂ ਦੇ ਅੰਦਰ ਵਿਤਵੀ ਦੀ ਰੱਖਿਆ ਕਰਨ ਵਾਲੇ ਗੋਬਿੰਦ ਪ੍ਰਭੂ ਜੀ ਉਹਨਾਂ ਦਾ ਗਿਆਨ ਰੂਪੀ ਨਾਮ ਉਪਦੇਸ਼ ਆਵਾਜ਼ ਬਣ ਕੇ ਧੁਨੀ ਬਣ ਕੇ ਬਾਣੀ ਬਣ ਕੇ ਗੂੰਜਦਾ ਹੈ ਤੇ ਉਹਨਾਂ ਨੂੰ ਰੱਬ ਦੇ ਗੁਣ ਪ੍ਰੈਕਟੀਕਲ ਜਿਉਣੇ ਤੇ ਰੱਬ ਦੇ ਗੁਣਾਂ ਅਨਸਾਰ ਗੁਣਾ ਨਾਲ ਪਰਪਕਾਰ ਕਰਨਾ ਕੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤਿ ਸ਼ਾਸਤਰ 베ਦ ਬਖਾਣੀ ਕੋ ਸਿਮਰਤیاں ਸ਼ਾਸਤਰ 베ਦ ਭਾਵ ਉਹ ਧਾਰਮਿਕ ਗ੍ਰੰਥ ਪੜ੍ਹਦੇ ਨੇ ਤਾਂ ਧਾਰਮਿਕ ਗ੍ਰੰਥਾਂ ਵਿੱਚੋਂ ਕੇਵਲ ਰੱਬ ਦੇ ਉਪਦੇਸ਼ ਤੇ ਰੱਬ ਦੇ ਗੁਣਾਂ ਨੂੰ ਸਮਝਣ ਦਾ ਯਤਨ ਕਰਦੇ ਤਾਂ ਕਿ ਮਤਾਂ ਤੇ ਕੇਵਲ ਹਰਨਾਮ ਸਾਰੇ ਮਤਾਂ ਦੇ ਵਿੱਚ ਰੱਬ ਦੇ ਨਾਮ ਨੂੰ ਉੱਤਮ ਮੰਨਿਆ ਤੇ ਗੁਰਮਤਿ ਨੇ ਰੱਬ ਦੇ ਨਾਮ ਨੂੰ ਰੱਬੀ ਉਪਦੇਸ਼ ਦੇ ਰੂਪ ਵਿੱਚ ਗੁਰਬਾਣੀ ਅੰਦਰ ਪੇਸ਼ ਕਰ ਦਿੱਤਾ। ਗੋਬਿੰਦ ਭਗਤ ਕਾ ਮਨ ਬਿਸ਼ਰਾਮ ਜਿਹੜੇ ਗੋਬਿੰਦ ਪ੍ਰਭੂ ਦੇ ਭਗਤ ਬਣ ਜਾਂਦੇ। ਉਹਦੇ ਪ੍ਰੇਮ ਵਿੱਚ, ਉਹਦੇ ਭੈ ਵਿੱਚ ਉਹਦੇ ਗੁਣਾ ਦੇ ਸ਼ੁਕਰਾਨੇ ਵਿੱਚ ਪਰਪਕਾਰੀ ਬਣਦੇ ਨੇ ਤੇ ਤੇਰੀ ਤੇਰੀ ਦੀ ਭਾਵਨਾ ਸ਼ੁਕਰਾਨੇ ਵਿੱਚ ਰਹਿੰਦੇ ਨੇ। ਉਹਨਾਂ ਦੇ ਮਨ ਵਿੱਚ ਸਹਜ ਆ ਜਾਂਦਾ ਬਿਸ਼ਰਾਮ। ਉਹ ਫੈਸਲਾ ਲੈਂਦੇ ਨੇ ਗੁਰੂ ਦੇ ਦੈਰੇ ਵਿੱਚ ਉਹ ਚਿੰਤਾਵਾਂ ਵਿੱਚ ਨਹੀਂ ਉਲਝਦੇ ਅੰਦਰ ਆਨੰਦ ਬਣਿਆ ਹੁੰਦਾ ਹੈ ਉਹਨਾਂ ਨੂੰ ਜ਼ਿੰਦਗੀ ਮੈਨਸ ਕਰਨੀ ਆ ਜਾਂਦੀ ਝੋਟ ਅਪਰਾਧ ਸਾਧ ਸੰਗ ਮਿਟੇ ਉਹਨਾਂ ਨੂੰ ਗੁਰੂ ਕੀ ਸੰਗਤ ਕਰਨੀ ਆ ਗਈ ਗੁਰੂ ਕੀ ਸੰਗਤ ਦੇ ਅਰਥ ਗੁਰੂ ਦੇ ਉਪਦੇਸ਼ ਚੰਗੇ ਲੱਗਣੇ ਮਿੱਠੇ ਲੱਗਣੇ ਜ਼ਿੰਦਗੀ ਚ ਪ੍ਰੈਕਟੀਕਲ ਜਿਉਣੇ ਇਹਦੇ ਨਾਲ ਕੋਟ ਅਪਰਾਧ ਬੁਰੀਆਂ ਆਦਤਾਂ ਮਿਟ ਜਾਂਦੀਆਂ ਐ ਇਸੇ ਨੂੰ ਗੁਰੂ ਦੀ ਕਿਰਪਾ ਕਹਿੰਦੇ ਨੇ ਇਸੇ ਨੂੰ ਰੱਬ ਦੀ ਕਿਰਪਾ ਕਹਿੰਦੇ ਨੇ ਸੰਤਿ ਕ੍ਰਿਪਾ ਤੇ ਜਮ ਤੇ ਛੁਟੇ ਪਰ ਪੰਜ ਬਿਕਾਰਾਂ ਤੇ ਇਹ ਪੰਜਾਂ ਬਿਕਾਰਾਂ ਨੂੰ ਜਮ ਕੇ ਹੈ ਇਹ ਜਿਹੜੇ ਪੰਜ ਬਿਕਾਰ ਰੂਪੀ ਜਮਨੇ ਨਾ ਇਹਨਾਂ ਦੀਆਂ ਆਦਤਾਂ ਤੋਂ ਬਚ ਜਾਂਦੇ। ਤੋਂ ਹੰਕਾਰੀ ਨਹੀਂ ਹੁੰਦੇ। ਤੋਂ ਲੋਭੀ ਲਾਲਚੀ ਨਹੀਂ ਹੁੰਦੇ। ਤੋਂ ਗ੍ਰੋਧੀ ਨਹੀਂ ਬਣਦੇ। ਬਚ ਜਾਂਦੇ। ਗ੍ਰੋਧ ਆ ਜਾਣਾ ਹੋਰ ਗੱਲ ਹੈ ਗ੍ਰੋਧੀ ਬਣ ਜਾਣਾ ਇਹ ਖਤਰਨਾਕ ਹੰਕਾਰ ਹਮਲਾ ਕਰੀ ਗੱਲ ਬਖਰੀ ਹੈ ਹੰਕਾਰੀ ਬਣ ਜਾਣਾ ਗਲਤ ਹੈ ਲੋਬ ਦੀਆਂ ਲਹਿਰਾਂ ਅੰਦਰ ਉੱਠਣਾ ਪਰ ਲੋਭੀ ਬਣ ਜਾਣਾ ਇਹ ਖਤਰਨਾਕ ਲੋਬ ਦੀਆਂ ਲਹਿਰਾਂ ਉੱਠਦੀਆਂ ਨੂੰ ਮੈਨੇਜ ਕਰਨਾ ਹੈ ਯਾਕੈ ਮਸਤਕ ਕਰਮ ਪ੍ਰਭਾਏ ਮਸਤਕ ਸੋਚ ਹੁੰਦੀ ਹੈ ਜਿਨ੍ਹਾਂ ਦੀ ਸੋਚ ਤੇ ਬਖਸ਼ਿਸ਼ ਹੁੰਦੀ ਹੈ ਉਹਨਾਂ ਦੀ ਸੋਚ ਉੱਚੀ ਹੁੰਦੀ ਹੈ ਉਹਨਾਂ ਦੀ ਸੋਚ ਵਿੱਚ प्यारे ਦੀ ਪਹਿ ਪਾਵਨੀ ਵਿੱਚ ਫੈਸਲੇ ਲੈਣ ਦਾ ਜਜ਼ਬਾ ਹੁੰਦਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਉਹਨਾਂ ਦੀ ਸੋਚ ਉਹਨਾਂ ਦਾ ਮਿਸ਼ਨ ਉੱਚਾ ਹੁੰਦਾ ਹੈ ਉਹ ਦੂਜਿਆਂ ਲਈ ਜਿਉਂਦੇ ਨੇ ਸਾਧ ਸ਼ਰਨ ਨਾਨਕ ਤੇ ਆਏ ਉਹਨਾਂ ਨੂੰ ਗੁਰੂ ਦੀ ਸ਼ਰਨ ਆਉਣਾ ਸਮਝ ਆ ਗਿਆ ਸਰੈਂਡਰ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਡੈਡੀਕੇਸ਼ਨ ਭਾਵਨਾ ਤੋਂ ਗੁਰੂ ਪਿਤਾ ਲਈ ਆਪਾ ਵਾਰਦੇ ਰੱਬ ਦੇ ਲਈ ਆਪਾਂ ਵਾਰਦੇ ਨੇ ਗੁਰੂ ਦੀ ਕੌਮ ਲਈ ਆਪਾਂ ਵਾਰਦੇ ਨੇ ਸਮਾਜ ਦੇ ਭਲੇ ਲਈ ਦੇਸ਼ ਦੇ ਭਲੇ ਲਈ ਜਨ ਵਾਰ ਦਿੰਦੇ ਨੇ ਜੇ ਸੁਣ ਬਸ ਸੁਣ ਲੈ ਪ੍ਰੀਤ ਕਿੰਨਾਂ ਦੇ ਮਨ ਵਿੱਚ ਵਸਦਾ ਜਿਹੜੇ ਪ੍ਰੀਤ ਨਾਲ ਸੁਣਦੇ ਨੇ ਸਾਦੀ ਕੀਰਤਨ ਹੋ ਰਿਹਾ ਹੁੰਦਾ ਹੈ ਕਥਾ ਹੋ ਰਹੀ ਹੁੰਦੀ ਹੈ ਕੋਈ ਉੱਥੇ ਉੰਗੀ ਜਾ ਰਿਹਾ ਕੋਈ ਏਦਾਂ ਬੈਠਾ ਜਿਵੇਂ ਬਣ ਕੇ ਬਿਠਾਇਆ ਹੁੰਦਾ ਉਹਨਾਂ ਦਾ ਮਨ ਨਹੀਂ ਭਿੱਜਿਆ ਹੋਇਆ ਬੇਚੈਨ ਬੈਠੇ ਨੇ ਡਿਸਟਰੈਕਟਡ ਨੇ ਇਧਰ ਉਧਰ ਦੇਖੀ ਜਾ ਰਹੇ ਨੇ ਬੈਠਣਾ ਹੀ ਨਹੀਂ ਆ ਇਨਾਂ ਦਾ ਮਨ ਭਜਦਾ ਹੈ ਨਾ ਉਹਨਾਂ ਦੀ ਪ੍ਰੀਤ ਦੇ ਪਿਆਰੇ ਨਾਲ ਜਿੰਨੀ ਪਿਆਰੇ ਦੇ ਨਾਲ ਗੂੜੀ ਪ੍ਰੀਤ ਹੋਏਗੀ ਉਹਨਾਂ ਪਿਆਰੇ ਦੇ ਬੋਲਾਂ ਚ ਮਨ ਭਜੇਗਾ ਖੋ। ਉਹ ਜਿਹੜਾ ਮਨ ਭਜਦਾ ਹੈ ਰਸ ਹੁੰਦਾ ਪਿਆਰੇ ਦੀ ਗੱਲ ਪਕੜੀ ਦਾ ਰਸ ਹੁੰਦਾ। ਉਹ ਪਿਆਰੇ ਦੇ ਪ੍ਰੇਮ ਰਸ ਦੀਆਂ ਬੂੰਦਾਂ ਦਾ ਰਸ ਹੁੰਦਾ। ਜਿੰਨਾ ਪਿਆਰੇ ਨਾਲ ਗੂੜੀ ਪ੍ਰੀਤ ਹੋਏਗੀ ਉਹਨਾਂ ਪਿਆਰੇ ਦੇ ਬਚਨ ਮੰਨਣ ਵਾਸਤੇ ਮਨ ਤਿਆਰ ਹੋ ਜਾਏਗਾ ਸਤਿਵਚਨ ਦਾ ਅਧਿਕਾਰੀ ਹੋਏ। ਐਸੇ ਜਾਨੇ ਆਵੇ ਹਰ ਪ੍ਰਵਚੀਤ ਐਸੇ ਪਿਆਰਿਆਂ ਨੂੰ ਫਿਰ ਹਰ ਵੇਲੇ ਪ੍ਰਭੂ ਚਿਤ ਰਹਿਦਾ ਮਿੱਠੀ ਮਿੱਠੀ ਯਾਦ ਪ੍ਰਭੂ ਦੀ ਅੰਦਰ ਬਸੀ ਹੁੰਦੀ ਹੈ ਸੋ ਹਰ ਕੌਤਕ ਨੂੰ ਰੱਬ ਦਾ ਕੌਤਕ ਸਮਝਦੇ ਇਸੇ ਲਈ ਤੇ ਦੁਖੀ ਨਹੀਂ ਹੁੰਦੇ ਸੋ ਹਰ ਵਰਤਾਰੇ ਨੂੰ ਸਮਝਦੇ ਨੇ ਮੇਰਾ ਪਿਆਰਾ ਮੇਰੇ ਲਈ ਭਲਾ ਕਰ ਰਿਹਾ ਹੈ ਇਸੇ ਲਈ ਤੇ ਅੰਦਰ ਸਹਿਜ ਬਣਿਆ ਹੁੰਦਾ ਹੈ ਚਿੰਤਾ ਦੀ ਚਿਖਾ ਵਿੱਚ ਨਹੀਂ ਤੁਖਦੇ ਉਹਨਾਂ ਦੇ ਅੰਦਰ ਚਿੰਤਾ, ਦੁੱਖ, ਹੰਕਾਰ, ਲੋਭ, ਲਾਲਚ ਪੈਦਾ ਹੋਣਾ, ਨਫ਼ਰਤ ਪੈਦਾ ਹੋਣੀ ਇਸ ਜਨਮ ਮਰਨ ਤੋਂ ਬਚ ਜਾਂਦੇ ਨੇ। ਜਨਮ ਮਰਨ ਦਾ ਕਾ ਦੁੱਖ ਨਿਵਾਰ। ਇਸ ਜਨ ਆਵੇ ਹਰ ਪ੍ਰਭ ਜੀਤ। ਜਿਹੜੇ ਚਾਕਰ ਮੰਨਦੇ ਨੇ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਯਾਦ, ਚੇਤਾ ਸ਼ਕਤੀ ਵਿੱਚ ਚਲਦੀ ਹੈ ਉਹਨਾਂ ਦੇ ਜਨਮ ਮਰਨ ਦਾ ਕਾ ਦੁੱਖ ਨਿਵਾਰਾ ਹੈ। ਤੋਂ ਉਹਨਾਂ ਦੇ ਅੰਦਰ ਇਹ ਜਨਮ ਮਰਨ ਨਹੀਂ ਚੱਲਦਾ। ਉਹ ਸਹਜ ਵਿੱਚ ਰਹਿੰਦੇ ਨੇ, ਸੰਤਾ ਵਿੱਚ। ਉਹ ਹੰਕਾਰ ਵਿੱਚ ਨਹੀਂ ਜਾਂਦੇ ਨਿਮਰਤਾ ਵਿੱਚ ਰਹਿੰਦੇ। ਉਹ ਆਪਣੇ ਮਿਸ਼ਨ ਤੇ ਤੁਰੇ ਰਹਿੰਦੇ ਨੇ ਡੋਲਦੇ ਨਹੀਂ ਅੰਦਰ ਜਨਮ ਮਰਨ ਨਹੀਂ ਹੁੰਦਾ। ਦੋਲਬ ਦੇਹ ਤਤਕਾਲ ਉਧਾਰ ਹੈ। ਜੇ ਕਿਤੇ ਕੋਈ ਵਿਚਾਰ ਕੋਈ ਸੋਚ ਉਸ ਤਰ੍ਹਾਂ ਦੀ ਅੰਦਰ ਪੈਦਾ ਹੁੰਦੀ ਹੈ ਉਹ ਤੁਰੰਤ ਆਪਣੇ ਜੀਵਨ ਨੂੰ ਬਚਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਦੁਰਲਭ ਦੇ ਹੈ ਬੜਾ ਕੀਮਤੀ ਜੀਵਨ ਹੈ। ਅਗਰ ਕੋਈ ਵਿਰੋਧ ਕਰਦਾ ਹੈ। ਅਗਰ ਕੋਈ ਮਿਸ ਬਿਹੇਵ ਕਰਦਾ ਹੈ। ਅਗਰ ਕੋਈ ਨਿੰਦਾ ਕਰਦਾ ਹੈ। ਕਦੀ ਕਦਾਈ ਮਨ ਵਿੱਚ ਵਿਚਾਰਾਂ ਉੱਠਦੀਆਂ ਨੇ ਇਹਨੇ ਕਿਉਂ ਕੀਤਾ ਪਰ ਤੁਰੰਤ ਆਪਣੇ ਆਪ ਨੂੰ ਬਚਾ ਲੈਂਦੇ ਨੇ ਮੈਨੇਜ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਹੈ ਜੀਵਨ ਕੀਮਤੀ ਹੈ ਮੇਰਾ ਮਿਸ਼ਨ ਵੱਡਾ ਹੈ ਅ ਮੈਂ ਛੋਟੇ ਛੋਟੇ ਮਸਲਿਆਂ ਤੋਂ ਹਲ ਜਾਗਾ ਮਿਸ਼ਨ ਤੇ ਨਹੀਂ ਤੁਰ ਸਕਦਾ ਸਾਧ ਦੇ ਨਾਮ ਨਿਰਮਲਤਾ ਕੇ ਕਰਮ ਉਹਨਾਂ ਦਾ ਨਾਮ ਸਾਧ ਹੁੰਦਾ ਭਲਾ ਲੋਕ ਉਹਨਾਂ ਨੂੰ ਭਲਾ ਪੁਰਸ਼ ਕਹਿੰਦੇ ਨੇ ਬੜੇ ਚੰਗੇ ਨੇ ਲੋਕਾਂ ਦੇ ਦਿਲਾਂ ਦੇ ਉੱਪਰੋਂ ਰਾਜ ਕਰਦੇ ਨੇ ਹਰ ਕੋਈ ਕਹਿੰਦਾ ਹੈ ਭਈ ਉਹ ਜੋ ਕਰ ਰਹੇ ਨੇ ਕਮਾਲ ਹੈ ਇਸ ਤਰ੍ਹਾਂ ਉਹਨਾਂ ਦਾ ਸਾਧਨਾਮ ਪੈ ਜਾਂਦਾ ਹੈ ਭਲੇ ਪੁਰਸ਼ ਨਾਮ ਪੈ ਜਾਂਦਾ ਹੈ ਜਿਹੜੇ ਉਹਨਾਂ ਨੂੰ ਨੇੜੇ ਹੋ ਕੇ ਸਮਝਦੇ ਨੇ ਨਾ ਉਹਨਾਂ ਬਾਰੇ ਕੋਈ ਲੱਖ ਨਿੰਦਾ ਕਰੇ ਕੋਈ ਲੱਖ ਦੋਸ਼ ਲਾਵੇ ਲੱਖ ਉਹਨਾਂ ਬਾਰੇ ਕੋਈ ਨੈਰੇਟਿਵ ਸਿਰਜਣ ਦਾ ਯਤਨ ਕਰੇ ਲੱਖ ਝੂਠੀਆਂ ਕਹਾਣੀਆਂ ਘੜੇ ਜਿਹੜੇ ਜਾਣਦੇ ਨੇ ਨਾ ਉਹ ਕਹਿੰਦੇ ਨੇ ਸਾਨੂੰ ਪਤਾ ਹੈ ਉਹ ਇਹੋ ਜਾਨੀ ਹੋ ਸਕਦਾ ਤਾਂ ਬਹੁਤ ਪਲਾਪੁਰਸ਼ ਹੈ ਇਨਿੰਦਾ ਕਰਨ ਵਾਲਾ ਉਹਦੇ ਨਾਲ ਨਫ਼ਰਤ ਕਰਦਾ ਹੈ ਇਹਦਾ ਕੋਈ ਆਪਣਾ ਮਕਸਦ ਹੋਏਗਾ ਇਹ ਕਿਸੇ ਵਿਰੋਧੀ ਦਾ ਹੱਥ ਠੋਕਾ ਬਣਿਆ ਹੋਏਗਾ ਉਹ ਤਾਂ ਭਲਾਪੁਰਸ਼ ਹੈ ਕਿਉਂਕਿ ਉਹਦੇ ਨਿਰਮਲ ਕਰਮ ਹੁੰਦੇ ਨੇ ਜਿਹਦੇ ਕਰਮ ਨਿਰਮਲ ਹੁੰਦੇ ਨੇ ਦੂਸਰਾਂ ਦੇ ਭਲੇ ਵਾਲੇ ਹੁੰਦੇ ਨੇ ਸ਼ੁੱਧ ਸੋਚ ਵਿੱਚੋਂ ਕਰਮ ਨਿਕਲਦੇ ਨੇ ਉਹਨਾਂ ਦੇ ਕਰਮ ਵੱਡੇ ਨਿਸ਼ਾਨੇ ਵੱਡੇ ਮਿਸ਼ਨ ਵਿੱਚੋਂ ਨਿਕਲੇ ਨੇ ਉਹ ਨਿਰਮਲ ਕਰਮ ਕਰਕੇ ਉਹਨਾਂ ਦਾ ਨਾਮ ਭਲੇ ਪੁਰਸ਼ ਪੈ ਜਾਂਦਾ ਹੈ ਤੇ ਸਾਧੂ ਪੁਰਸ਼ ਨੇ ਸਭ ਤੇ ਉੱਚਤਾ ਕੀ ਸ਼ੋਭਾ ਬਣੀ ਉਹਨਾਂ ਦੀ ਸ਼ੋਭਾ ਉਹਨਾਂ ਦੀ ਬੜਾਈ ਸਭ ਤੋਂ ਉੱਚੀ ਹੁੰਦੀ ਹੈ ਕਿਉਂਕਿ ਸਭ ਤੋਂ ਉੱਚੇ ਪ੍ਰਭੂ ਪਿਆਰੇ ਨਾਲ ਜੁੜੇ ਹੁੰਦੇ ਨੇ ਪਿਆਰੇ ਦੇ ਪ੍ਰੇਮ ਰਸ ਵਿੱਚ ਜਿਉਂਦੇ ਨੇ ਪਿਆਰੇ ਦੀ ਗਲ ਬਕੜੀ ਦੇ ਰਸ ਨੂੰ ਮਹਿਸੂਸ ਕਰਕੇ ਜਿਉਂਦੇ ਨੇ ਜਿਹਦਾ ਪਿਆਰਾ ਉੱਚਾ ਹੋਵੇ ਉਹਦੀ ਆਪਣੀ ਸੋਚ ਵੀ ਉੱਚੀ ਹੋ ਜਾਂਦੀ ਹੈ ਉਹਦੀ ਆਪਣੀ ਸ਼ੋਭਾ ਵੀ ਉੱਚੀ ਹੋ ਜਾਂਦੀ ਹੈ ਨਾਨਕ ਇਹ ਗੁਣ ਨਾਮ ਸੁਖਮਨੀ ਮਨਾਂ ਆਸੋਖੀ ਸੁਖਮਨੀ ਦੇ ਅਰਥ ਹੈ ਮਨ ਸੋਖੀ ਜਿਹੜਾ ਇਹ ਜਿਹੜਾ ਰੱਬੀ ਉਪਦੇਸ਼ ਤੇ ਰੱਬ ਦੇ ਗੁਣਾਂ ਵਿੱਚੋਂ ਨਿਕਲਦਾ ਆਖੋ ਇਥੇ ਸੁਖਮਨੀ ਸਾਹਿਬ ਜੀ ਦੀ ਮਾਪਦੀ ਹੈ 24 ਅਸ਼ਟਪਦੀਆਂ ਨੇ ਹਰ ਅਸ਼ਟਪਦੀ ਦੇ ਵਿੱਚ 8-8 ਪਦੇ ਨੇ ਇੱਕ-ਇੱਕ ਪਦੇ ਦੇ ਵਿੱਚ 10-10 ਪੰਕਤੀਆਂ ਨੇ ਨਾਲ 24 ਸ਼ਲੋਕ ਨੇ ਜੋ ਵੀ ਅਸਤਪਦੀਆਂ ਦੇ ਵਿੱਚ 192 ਪਦੇ ਨੇ ਇਸ ਤੋਂ ਬਾਅਦ ਗੋੜੀ ਰਾਗ ਦੇ ਵਿੱਚ ਕੀਤੀ ਨਾਮ ਦੀ ਬਾਣੀ ਸ਼ੁਰੂ ਹੋ ਰਹੀ ਹੈ ਚੰਦਰਮਾ 28 ਦਿਨਾਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦਾ ਹੈ ਇੱਕ ਮੰਨੇ ਮਸਿਆ ਜਦੋਂ ਚੰਦਰਮਾ ਨਹੀਂ ਦਿਸਦਾ ਨੇਰਾ ਇੱਕ ਮੰਨੇ ਪੂਰਨਵਾਸੀ ਜਦੋਂ ਫੁੱਲ ਮੂਨ ਹੈ ਪੂਰਾ ਚੰਦਰਮਾ ਦਿਸ ਰਿਹਾ ਉਸ ਤੋਂ ਅਗਲੇ ਦਿਨ 1 ਦੂਜ 3 ਚੌਥ ਇਦਾਂ ਇਹ ਇਤਾਨੇ 15 ਇੱਕ ਨੂੰ ਹਨੇਰੇ ਪੱਖ ਦੀਆਂ ਥਿੱਤਾਂ ਕਹਿ ਦਿੰਦੇ ਨੇ ਇੱਕ ਨੂੰ ਚਾਨਣੇ ਪੱਖ ਦੀਆਂ ਥਿੱਤਾਂ ਕਹਿ ਦਿੰਦੇ ਨੇ ਤੇ ਲੋਕ ਇਹਨਾਂ ਦੀ ਪੂਜਾ ਕਰਦੇ ਕਿਉਂਕਿ ਲੋਕਾਂ ਨੂੰ ਕਰਮਕਾਂਡ ਵਿੱਚ ਫਸਾਇਆ ਹੋਇਆ ਦਸਵੀਂ ਤੇ ਤੂੰ ਇਸ਼ਨਾਨ ਕਰ ਲਈ 11ਵੀਂ ਤੇ ਤੂੰ ਭੋਜਨ ਸ਼ਿਕਾ ਦੀ ਪੂਨਮਾਸ਼ੀ ਤੇ ਮਸਿਆ ਤੇ ਜਾ ਕੇ ਇਸ਼ਨਾਨ ਕਰ ਲਈ ਐਦਾਂ ਕਰ ਲਈ ਫਲਾਨਾ ਕਰ ਲਈ ਨਾ ਕਿਸੇ ਦਾ ਸੁਭਾਅ ਬਦਲਿਆ ਨਾ ਸੋਚ ਬਦਲੀ ਨਾ ਤੜੇਬੰਦੀ ਬਦਲੀ ਨਾ ਵੈਰ ਵਿਰੋਧ ਬਦਲਿਆ ਨਾ ਕਰਾਂ ਦਾ ਕਲੇਸ਼ ਬਦਲਿਆ ਸਭ ਕੁਝ ਮੁਕਤ ਦੇ ਪਏ ਕਿਉਂਕਿ ਕਰਮ ਕਾਂਡ ਵਿੱਚੋਂ ਕਦੀ ਨਹੀਂ ਬਦਲ। ਉਹ ਥਿੱਤੀ ਨਾਮ ਦੀ ਬਾਣੀ ਵਿੱਚ ਸਤਿਗੁਰੂ ਜੀ ਉਹ ਥਿੱਤਾਂ ਦਾ ਇੱਕ ਮੈਸੇਜ ਦੇ ਰਹੇ ਨੇ ਅਸੀਂ ਆਪਣੇ ਅੰਦਰ ਥਿੱਤ ਕਿਵੇਂ ਪੈਦਾ ਕਰਨੀ। ਟਾਈਟਲ ਹੈ ਬਾਣੀ ਦਾ ਥਿੱਤੀ ਗੌੜੀ ਮਹਲਾ 5ਵਾਂ ਥਿੱਤੀ ਬਾਣੀ ਦਾ ਨਾਮ ਹੈ। 15 ਥਿੱਤਾਂ। ਗੌੜੀ ਰਾਗ ਹੈ। ਪੰਚਮ ਪਾਦਸ਼ਾ ਦਾ ਉਚਾਰਨ ਕੀਤਾ ਹੋਇਆ ਹੈ। ਜਿਵੇਂ 12 ਦੇ ਵਿੱਚ ਪੌੜੀਆਂ ਹੁੰਦੀਆਂ ਉਹਦੇ ਨਾਲ ਸ਼ਲੋਕ ਹੁੰਦੇ ਨੇ ਇਹ ਤਿੱਤੀ ਨਾਮ ਦੀ ਬਾਣੀ ਦੇ ਵਿੱਚ ਵੀ ਪੌੜੀਆਂ ਦੇ ਨਾਲ ਸ਼ਲੋਕ ਨੇ ਸ਼ਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਮੂਲ ਮੰਤਰ ਦਾ ਸੰਖੇਪ ਸਰੂਪ ਹੈ ਵਾਹਿਗੁਰੂ ਜੀ ਇੱਕ ਹੈ ਜਦੋਂ ਸਤਗੁਰ ਸਰੂਪ ਦੀ ਕਿਰਪਾ ਹੁੰਦੀ ਹੈ ਉਹਦੇ ਮਾਰਗ ਨੂੰ ਉਹਦੇ ਮਿਸ਼ਨ ਨੂੰ ਉਹਦੇ ਗੁਣਾਂ ਨੂੰ ਉਹਦੇ ਉਪਦੇਸ਼ ਨੂੰ ਸਮਝਿਆ ਜਾਂਦਾ ਹੈ ਪਹਿਲਾ ਸ਼ਲੋਕ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਮੇਰਾ ਪਿਆਰਾ ਆਪ ਦਾ ਮਾਲਕ ਹੈ ਉਹਨੇ ਸਿਰਜਣਾ ਕੀਤੀ ਹੈ ਜਲ ਥਲ ਮਈਲ ਦੇ ਅਰਥ ਹੈ ਹਰ ਥਾਂ ਤੇ ਸਮਾਇਆ ਹੋਇਆ ਸਾਰੇ ਵਰਤਾਰੇ ਮੇਰੇ ਪਿਆਰੇ ਦੇ ਵਰਤ ਰਹੇ ਨੇ ਆਨੇਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਕੋਈ ਇਕੰਕਾਰ ਵਾਹਿਗੁਰੂ ਜੀ ਏ ਨਾਨਕ ਜੀ ਉਹ ਹਰ ਥਾਂ ਤੇ ਸਮਾਇਆ ਹੋਇਆ ਉਹਨੇ ਕੰਵਿਧੀਆਂ ਦੇ ਨਾਲ ਅਨੇਕਾਂ ਵਰਤਾਰਿਆਂ ਦੇ ਨਾਲ ਜੋ ਕੁਝ ਦੇਖ ਰਹੇ ਆ ਪਿਆਰੇ ਦੇ ਚੋਜੇ ਇਨਾ ਪਿਆਰੇ ਦੇ ਚੋ ਜਾਂ ਨੂੰ ਸਮਰਪਿਤ ਹੋ ਜਾਵਾਂਗੇ। ਉਹਨੂੰ ਫੋਲੋ ਕਰਾਂਗੇ। ਸਤਿਵਜੰਨ ਦੇ ਅਧਿਕਾਰੀ ਬਣਾਂਗੇ। ਅੰਦਰ ਤੇ ਬਾਹਰ ਘਰ ਵਿੱਚ ਸਭ ਕੁਝ ਬਦਲਦਾ ਜਾਏਗਾ। ਬਦਲਦਾ ਮੋਡ ਬਣ ਜਾਂਦਾ ਹੈ ਜਦੋਂ ਪਿਆਰੇ ਦੀ ਗੱਲ ਪਕੜੀ ਮਿਲ ਜਾਂਦੀ ਹੈ। ਪਿਆਰੇ ਦੀ ਗੱਲ ਪਕੜੀ ਮਹਿਸੂਸ ਕਰਦੇ ਆਂ ਸੁੰਦਰ ਬਹੁਤ ਕੁਝ ਟ੍ਰਾਂਸਫਰ ਹੁੰਦਾ। ਉਹ ਪਿਆਰਾ ਜੋਜ ਵਰਤਾਉਂਦਾ ਹੈ। ਹੌਸਲਾ ਦਿੰਦਾ ਹੈ। ਉਪਦੇਸ ਦਿੰਦਾ ਹੈ ਫਰੇਮ ਰਸਨੀਆ ਬੂੰਦਾਂ ਦਿੰਦਾ ਹੈ ਚਨ ਕਮਲਾਂ ਦੀ ਮੋਜ ਦਾ ਰਸ ਦਿੰਦਾ ਹੈ ਪਿਆਰਾ ਸਾਡੇ ਤੇ ਇਤਨੇ ਪਰਪਕਾਰ ਕਰ ਰਿਹਾ ਇਤਨੇ ਪਰਪਕਾਰ ਕਰ ਰਿਹਾ ਤੁਮ ਕਰੋ ਭਲਾ ਹਮ ਭਲਾ ਨਾ ਜਾਣਾ ਅਸੀਂ ਅਣਜਾਣ ਪਹਿਲੇ ਸ਼ਲੋਕ ਦੇ ਨਾਲ ਅੱਗੇ ਹੈ ਪੌੜੀ ਪੌੜੀ ਏਕਮ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਉਹ ਕਹਿੰਦੇ ਸੀ ਇੱਕੰਬਾਲੇ ਦੇ ਨਾਲ ਕਰੋ ਜੀ ਪਹਿਲੀ ਥਿੱਤ ਹੈ ਜੀ ਸਤਿਗੁਰੂ ਕਹਿੰਦੇ ਤੇਰੀ ਪਹਿਲੀ ਥਿੱਤ ਹੈ ਪਿਆਰਿਆ ਉਸ ਇੱਕ ਓੰਕਾਰ ਪ੍ਰਭੂ ਨੂੰ ਬੰਦਨਾ ਕਰ ਪਾਵ ਉਹਨੂੰ ਡੈਡੀਕੇਟਡ ਹੋ ਸਮਰਪਿਤ ਹੋ ਜਾ ਉਹਦੇ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜਿਉਣ ਦਾ ਜਜ਼ਬਾ ਬਣਾ ਖੁਦੀ ਬਣਾਈ ਹੋਈ ਖਲਕਤ ਸਮਾਜ ਕੁਦਰਤ ਦੇਸ਼ ਕੌਮ ਦੇ ਭਲੇ ਲਈ ਕੁਛ ਕਰ ਇਹ ਤੇਰੀ ਪਹਿਲੀ ਥਿੱਤ ਹੈ ਤੇਰੇ ਅੰਦਰ ਚੰਦਰਮਾ ਵਾਂਗੂ ਇੱਕ ਮਿੱਠਾ ਮਿੱਠਾ ਠੰਡਾ ਠੰਡਾ ਸੋਜੀ ਗਿਆਨ ਦਾ ਪ੍ਰਕਾਸ਼ ਬਲਣਾ ਸ਼ੁਰੂ ਹੋ ਜਾਏਗਾ ਪਹਿਲੀ ਥਿਤ ਸਮਰਪਿਤ ਹੋ ਜਾ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰਿ ਰਾਏ ਉਸ ਗੋਬਿੰਦ ਦੇ ਧਰਤੀ ਦੀ ਰੱਖਿਆ ਕਰਨ ਵਾਲੇ ਪਾਲਣਾ ਕਰਨ ਵਾਲੇ ਪ੍ਰਭੂ ਦੀ ਸਤਿਗੁਰੂ ਜੀ ਕਹਿੰਦੇ ਮੈਂ ਸ਼ਰਨ ਪੈਂਦਾ ਹਾਂ ਕਿਉਂਕਿ ਹਰੀ ਰਾਏ ਹੈ ਉਹ ਸਾਰਿਆਂ ਤੋਂ ਪਾਤਸ਼ਾਹਾਂ ਦੇ ਪਾਤਸ਼ਾਹ ਹੈ ਸ਼ਰਨ ਪੈਣ ਦੇ ਅਰਥ ਹੈ ਉਦੇ ਗੁਣਾ ਨੂੰ ਜ਼ਿੰਦਗੀ ਜਿਉਣਾ ਤੇ ਗੁਣਾ ਨਾਲ ਸ਼ੁਕਰਾਨਾ ਕਰਨਾ ਗੁਣਾ ਦਾ ਸ਼ੁਕਰਾਨਾ ਕਰਨਾ ਤੇ ਗੁਣਾ ਨਾਲ ਪਰਪਕਾਰ ਕਰਨਾ ਯਾਰੇ ਦੀ ਚੱਕਰੀ ਕਰ ਦੱਸ ਦਿੱਤਾ ਸ਼ਰਨ ਕਿਵੇਂ ਕਰਨਾ ਪਹਿਲੀ ਥਿਤ ਸ਼ੁਰੂ ਹੋ ਰਹੀ ਹੈ ਤੇਰੇ ਅੰਦਰ ਜਿਵੇਂ ਚੰਦਰਮਾ ਦਾ ਇੱਕੰਬਾਲੇ ਦਿਨ ਮਿੱਠਾ ਮਿੱਠਾ ਮਿੰਨਾ ਮਿੰਨਾ ਮਿੱਠਾ ਮਿੱਠਾ ਪ੍ਰਕਾਸ਼ ਹੁੰਦਾ ਹੈ ਇਦਾਂ ਤੇਰੇ ਅੰਦਰ ਵੀ ਸੋਜੀ ਜਾਗੇ ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕੁਝ ਹੋਏ ਜੇ ਤੇਰੇ ਅੰਦਰ ਇਹ ਆਸ ਉਮੀਦ ਵੱਜ ਗਈ ਨਾ ਇਹਦੇ ਚ ਖੁਸ਼ੀ ਪੈਦਾ ਹੋਏਗੀ ਇਹਦੇ ਚ ਸੰਤੁਸ਼ਟੀ ਆਨੰਦ ਸੁਖ ਪੈਦਾ ਹੋਏਗਾ ਸਭ ਕੁਝ ਐਸੇ ਤੋਂ ਪ੍ਰਾਪਤੀਆਂ ਹੋਣੀਆਂ ਚਾਰ ਕੁੰਟ ਦਹ ਦਿਸ ਭ੍ਰਮਿਓ ਤਿਸ ਬਿਨੇ ਅਵਰ ਨਾ ਕੋਈ ਇਹ ਮਨ ਚਾਰੇ ਕੁੰਟਾਂ ਵਿੱਚ ਭਾਵ ਸਾਰੇ ਯਤਨ ਕਰਦਾ ਹੈ ਚਿੰਤਾਵਾਂ ਨਹੀਂ ਮਿਟ ਰਹੀਆਂ ਦੁੱਖਾਂ ਵਿੱਚ ਫਸਦਾ ਜਾਂਦਾ ਹੈ ਟੇਰੀਆਂ ਟਾਉਂਦਾ ਹੈ ਉਲਝ ਜਾਂਦਾ ਹੈ ਕਾਰੋਬਾਰ ਵਿੱਚ ਉਲਝ ਕੇ ਮਨੀ ਮਾਈਂਡਡ ਬਣ ਜਾਂਦਾ ਹੈ ਪਰਿਵਾਰ ਦੀਆਂ ਭਾਵਨਾਵਾਂ ਮੈਨੂੰ ਸਮਝਣੀਆਂ ਨਹੀਂ ਆਈਆਂ। ਪਰਿਵਾਰ ਨਾਲ ਬੈਠਣਾ ਹੀ ਨਹੀਂ ਆਇਆ। ਪਤਨੀ ਦੀਆਂ ਭਾਵਨਾਵਾਂ ਮੈਨੂੰ ਸਮਝਣੀਆਂ ਨਹੀਂ ਆਈਆਂ। ਪਤਨੀ ਦਾ ਰੁੱਖਾ ਬਿਹੇਵੀਅਰ। ਪਤਨੀ ਨੂੰ ਦੁਖੀ ਕਰੀ ਜਾਣਾ। ਛੋਟਾ ਮਾਰੀ ਜਾਣੀ ਹੈ। ਉਹਦੀ ਚੰਗੀ ਗੱਲ ਨੂੰ ਵੀ ਬੁਰੀ ਬਣਾ ਕੇ ਮਨ ਤੇ ਲਾ ਲੈਣਾ। ਉਹ ਕੀ ਕਹਿ ਰਹੀ ਹੈ ਇਹ ਗੱਲ ਸਮਝ ਹੀ ਨਾ ਆਉਣੀ। ਯਾਰਿਆ ਪਟਕ ਗਿਆ ਤੇਰਾ ਮਨ। ਇਹ ਬਿਜ਼ਨਸ ਇਸ ਲਈ ਕਰਨਾ ਸੀ ਕਿ ਘਰ ਨੂੰ ਰੁੱਖਾ ਕਰ ਲਵਾਂ। ਇਸ ਲਈ ਤਰੱਕੀਆਂ ਕਰਨੀਆਂ ਸੀ ਕਿ ਤੇਰਾ ਜੀਵਨ ਰੁੱਖਾ ਹੋ ਜਾਵੇ ਬੱਚਿਆਂ ਤੋਂ ਦੂਰੀ ਪਾ ਜਾਵੇਂ ਬੱਚੇ ਤੇਰੇ ਤੋਂ ਦੂਰੀ ਪਾ ਜਾਣ ਭਰਮ ਗਿਆ ਇਹ ਚਾਰੇ ਕੋਣਟਾਂ ਵਿੱਚ ਮਨ ਭਰਮਿਆ ਹੋਇਆ ਵਾਸ਼ਕ੍ਰਿਤ ਤੋਂ ਬਿਨਾ ਇਸ ਮਾਰਗ ਤੇ ਤੁਰੇ ਤੋਂ ਬਿਨਾ ਰੱਬੀ ਉਪਦੇਸ਼ ਨੂੰ ਸਮਝਣ ਤੋਂ ਬਿਨਾ ਨਹੀਂ ਗੱਲ ਬਣੇਗੀ ਇਸ ਲਈ ਅਰਥਾਂ ਸਮੇਤ ਸਹਿਜ ਪਾਠ ਹਰ ਗੁਰ ਸਿੱਖ ਕਰੇ ਹਨੂ ਗੁਰੂ ਦੀ ਸੋਚ ਪਤਾ ਲੱਗੇਗੀ ਜੀਵਨ ਮੈਨੇਜ ਕਰਨਾ ਆ ਜਾਏਗਾ ਪਰਿਵਾਰ ਮੈਨੇਜ ਕਰਨਾ ਆ ਜਾਏਗਾ ਹਰ ਵਾਰ ਮੈਨੇਜ ਕਰਨਾ ਆ ਜਾਏਗਾ ਇਸਵੇਂ ਨਾ ਬੰਨਾ ਕੋਈ ਕਿਤੇ ਤੋਂ ਬਿਨਾ ਹੋ ਟਿਕਾਣਾ ਨਹੀਂ ਬੇਦਪ੍ਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਵਿਚਾਰ ਸਤਿਗੁਰੂ ਜੀ ਕਹਿੰਦੇ ਬੇਦਾਂ ਪ੍ਰਾਨਾਂ ਸਿਮਰਤੀਆਂ ਨੂੰ ਸਾਰੇ ਕੁਛ ਨੂੰ ਸੁਣ ਕੇ ਹਰ ਤਰ੍ਹਾਂ ਦੇ ਵਿਚਾਰ ਸੁਣ ਕੇ ਮੈਂ ਹਰ ਤਰ੍ਹਾਂ ਨਾ ਵਿਚਾਰ ਕਰਦਾ ਇਹ ਵਿਚਾਰ ਨੂੰ ਫਿਰ ਰੱਬੀ ਮਾਰਗ ਤੇ ਰੱਬ ਦੇ ਉਪਦੇਸ਼ਾਂ ਤੇ ਪਰਖਦਾ ਰੱਬ ਦੇ ਉਪਦੇਸ਼ ਨੇ ਫਤਤ ਉਦਾਹਰਨ ਪੈ ਹਰਨ ਸੁਖ 사ਗਨ ਨਰੰਕਾਰ ਤੋ ਗਿਰੀ ਹੋਈ ਸੋਚ ਨੂੰ ਗਿਰੇ ਹੋਏ ਸੁਭਾਵ ਨੂੰ ਬਚਾ ਲੈਂਦੇ ਨੇ ਪਤਤ ਉਦਾਹਰਨ ਇਹ ਮਨ ਜਿਹੜਾ ਚਿੰਤਾਵਾਂ ਵਿੱਚ ਗਿਰ ਜਾਂਦਾ ਇਹਨੂੰ ਬਚਾ ਲੈਂਦੇ ਨੇ ਦੁੱਖਾਂ ਚ ਗਿਰ ਜਾਂਦਾ ਇਹਨੂੰ ਬਚਾ ਲੈਂਦੇ ਨੇ ਨਫ਼ਰਤ ਹੰਕਾਰ ਵਿੱਚ ਗਿਰ ਜਾਂਦਾ ਪਤਤ ਹੁੰਦਾ ਗਿਰ ਜਾਣਾ ਉਦਾਹਰਨ ਬਚਾ ਲੈਂਦੇ ਨੇ ਉਹਦੇ ਵਿੱਚੋਂ ਪੈਦਾ ਹੋਏ ਜਿਹੜੇ ਭੈਅ ਨੇ ਦੂਰ ਹੋ ਜਾਂਦੇ ਨੇ ਸੁਖ 사ਗਨ ਨਰੰਕਾਰ ਕਿਉਂਕਿ ਨਰੰਕਾਰ ਪਿਆਰਾ ਸੁਖਾਂ ਦਾ ਸਮੁੰਦਰ ਉਹ ਤਾਂ ਅਨੰਦ ਦੇ ਰਸ ਦਾ ਸਮੁੰਦਰ ਸੁਨ ਤੇ ਯਾਦ ਕੀਤੇ ਆਨੰਦ ਆਉਂਦਾ ਏ ਉਹਦੀ ਗਲਬਕੜੀ ਵਿੱਚ ਤੇ ਆਨੰਦ ਦੀ ਸਿਖਰ ਹੁੰਦੀ ਉਹਦੇ ਚਰਨ ਕਮਲਾਂ ਦੀ ਮੋਜ ਦਾ ਰਸ ਮਾਣਦੇ ਆ ਰੋਮ ਰੋਮ ਸੁਖ ਵਿੱਚ ਭਰ ਜਾਂਦਾ ਹੈ ਸੁਸ਼ਟੀ ਵਿੱਚ ਭਰ ਜਾਂਦਾ ਦਾਤਾ ਭੁਗਤਾ ਦੇਨ ਹਾਰ ਤਿਸਮੈ ਨਾ ਕੋਏ ਦਾਤਾ ਦੇਣ ਵਾਲਾ ਦਾਤਾ ਏ ਜਿਹੜੇ ਦਾਤਾ ਮੰਨਦੇ ਨੇ ਸ਼ੁਕਰਾਨੇ ਵਿੱਚ ਉਹਨਾਂ ਵਿੱਚ ਵੀ ਭੁਗਤਾ ਬਣ ਕੇ ਬੈਠਦਾ ਹੈ ਹਰ ਇੱਕ ਵਿੱਚ ਉਹਦੀ ਜੋਤ ਹੈ ਉਹਦੇ ਤੋਂ ਬਿਨਾ ਕੋਈ ਨਹੀਂ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਜਿਤੇ ਮੰਦੀਆਂ ਇਛਾ ਮਾ ਨਹੀਂ ਜੋ ਇਸ ਮਾਰਗ ਤੇ ਤੁਰਨ ਦੀ ਇਛਾ ਰੱਖਦਾ ਹੈ ਉਹਨਾਂ ਨੂੰ ਮਲਾਪ ਹੋ ਜਾਂਦਾ ਹੈ ਕੋ ਹਰੀ ਦੇ ਗੁਣਾ ਨੂੰ ਗਾਉਂਦੇ ਨੇ ਭਾਵ ਗੁਣਾ ਨੂੰ ਜ਼ਿੰਦਗੀ ਜਿਉਂਦੇ ਨੇ ਸਰਪਕਾਰ ਕਰਦੇ ਨੇ ਤੇ ਗੁਣਾ ਦੇ ਨਾਲ ਉਹਨਾਂ ਦਾ ਭਲਾ ਕਰਦੇ ਗੋਬਿੰਦ ਜਸ ਗਾਈਏ ਹਰ ਨੀਤ ਇਸ ਲਈ ਗੋਬਿੰਦ ਦੇ ਗੁਣਾ ਨੂੰ ਉਦੀਆਂ ਵਿੜਿਆਈਆਂ ਨੂੰ ਹਰ ਵੇਲੇ ਆਪਣੀ ਜ਼ੁਬਾਨ ਤੇ ਰੱਖਣਾ ਡਿਸਕਸ ਕਰਨੀ ਹੈ। ਖੁਦੇ ਤੋ ਕੁਰਬਾਨ ਜਾਣਾ ਹੈ ਮਿਲ ਭਜਿਏ ਸਾਧ ਸੰਗ ਮੇਰੇ ਮੀਤ ਰਹਾਓ ਇਹ ਤੱਤਸਾਰ ਹੈ ਰਹਾਓ ਹੈ ਸੈਂਟਰਲ ਆਈਡੀਆ ਹੈ ਸੰਗੀਤ ਵਿੱਚ ਮਿਲ ਕੇ ਤੇਰਾ ਮਨ ਵੀ ਭਿੱਜਿਆ ਹੋਵੇ ਜਿਵੇਂ ਦੂਸਰਿਆਂ ਦਾ ਮਨ ਭਿੱਜਿਆ ਹੁੰਦਾ ਹੈ। ਮੇਰੇ ਮਿੱਤਰਾ ਗੁਰੂ ਕੀ ਸੰਗਤ ਕਰਨੀ ਸਿੱਖ ਜਿਰਾਹੋ ਪਤਾ ਹੈ। ਇਹ ਤੇਰੇ ਅੰਦਰ ਇੱਕਮ ਹੈ। ਇਲੀ ਤੇਤਾ ਕੀਤੇਰੇ ਅੰਦਰ ਸਲੋਕ ਦੂਸਰੀ ਪੌੜੀ ਨਾਲ ਸਲੋਕ ਹੈ ਨਾਮ ਬੰਦਨਾ ਅਨੇਕ ਬਾਰ ਸ਼ਰਨ ਪਰਮ ਹਰ ਰਾਇ ਅਨੇਕ ਬਾਰ ਬੰਦਨਾ ਕਰਨ ਦੇ ਅਰਥ ਹੈ ਹਰ ਵੇਲੇ ਸਲੈਂਡਰ ਹੋ ਗੁਰੂ ਨੂੰ ਸਮਰਪਿਤ ਹੋ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੋ ਪ੍ਰੈਕਟੀਕਲ ਮੰਨ ਰੱਬ ਦੇ ਨਿਜ਼ਮ ਨੂੰ ਸਮਰਪਿਤ ਹੋ ਜਾ ਰੱਬ ਦੀ ਬਣਾਈ ਖਲਕਤ ਦੇਸ਼ ਕੌਮ ਦੇ ਭਲੇ ਲਈ ਆਪਾ ਵਾਰ ਦੇ ਹਰ ਵੇਲੇ ਝੋਕੋ ਦੇ ਅੱਗੇ ਉਦੀ ਸ਼ਰਨ ਲੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹਰੀ ਰਾਏ ਹੈ ਭਰਮ ਕਟਿਏ ਨਾਨਕ ਸਾਧ ਸੰਗ ਜੁਤੀਆ ਭਾਉ ਮਿਟਾਏ ਗੁਰੂ ਕੀ ਸੰਗਤ ਕਰਨੀ ਆਗੀ ਨਾ ਏ ਨਾਨਕ ਜੀ ਤੇਰੇ ਭਰਮ ਦੂਰ ਖ ਹੋ ਜਾਂਦੇ ਨੇ ਨਾਨਕ ਜੀ ਕਹਿ ਕੇ ਜਗਤ ਦੇ ਪਾਤਸ਼ਾਹ ਸਾਨੂੰ ਸਿਖਾ ਰਹੇ ਨੇ ਸਾਡੇ ਭਰਮ ਦੂਰ ਹੋ ਜਾਣਗੇ ਇਹ ਮੇ ਛੋਟੇ ਛੋਟੇ ਭਰਮ ਇਹਨੇ ਆ ਕਿਉਂ ਕਿਆ ਇਹਨੇ ਆ ਕਿਉਂ ਕੀਤਾ ਇਹ ਭਰਮ ਤੋਂ ਉੱਪਰ ਉੱਠ ਉਹਦੀ ਜਿਉ ਜੀ ਮੱਤ ਐ ਵਰਤੀ ਜਾ ਰਿਹਾ ਤੂੰ ਨੂੰ ਬਦਲਣ ਦੇ ਲਈ ਆਪ ਦੁਖੀ ਹੋਣਾ ਦੂਜੇ ਨੂੰ ਬਦਲਣ ਦੇ ਲਈ ਆਪ ਚਿੰਤਾ ਵਿੱਚ ਆਉਣਾ ਸੋਚ ਵੱਡੀ ਕਰ ਜੋ ਭਾਵਾਂ ਭਾਂਡੇ ਵਿੱਚ ਵਸਤ ਸਾ ਨਿਕਲਿਆ ਕਿਹ ਕੋਈ ਕਰੈ ਵਿਚਾਰਾ ਉਹ ਜੋ ਜੀ ਮਤ ਹੈ ਜੋ ਜਹਰਦੇ ਦਾ ਭਾਂਡਾ ਹੈ ਉਹ ਇਹ ਜ ਵਰਤੋਂ ਵਿਵਹਾਰ ਹੋ ਜੇ ਬੋਲ ਨਿਕਲੀ ਜਾਂਦੇ ਨੇ ਨਾ ਇਸ ਭਰਮ ਵਿੱਚ ਪੈ ਕਿ ਗੁਰੂ ਕੀ ਸੰਗਤ ਕਰਨੀ ਆ ਗਈ ਭਰਮ ਕਟਿਆ ਜਾਂਦਾ ਹੈ ਕਿ ਮਨ ਜਿਹੜਾ ਦੂਜੇ ਪਾਸੇ ਉਲਝਦਾ ਨਾ ਦੁਤੀਆ ਭਾਉ ਉਧਰ ਨੂੰ ਉਲਟ ਜਾਂਦਾ ਉਹ ਮਿਟ ਜਾਂਦਾ ਹੈ ਕਿਸ਼ੰਦੇ ਤੁਰਨਦਾ ਸਹਜ ਵਿੱਚ ਤੁਰਨ ਦੀ ਜੀਵਨ ਜੁਗਤ ਮਿਲ ਜਾਂਦੀ ਹੈ ਪੌੜੀ ਦੂਜੀ ਪੌੜੀ ਹੈ ਇਹਦੇ ਵਿੱਚ ਉਥੇ ਇਕਮ ਪਹਿਲੀ ਥਿੱਤ ਦੂਸਰੀ ਥਿੱਤ ਨੂੰ ਦੂਜ ਕਹਿੰਦੇ ਸੀ ਇੱਥੇ ਦੂਤਿਆ ਕਿਹਾ ਹੁਣ ਤੇਰੇ ਅੰਦਰ ਦੂਜ ਦੀ ਥਿੱਤ ਕਿਵੇਂ ਚੱਲੇਗੀ ਤੇਰੇ ਅੰਦਰ ਉਹ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਗਿਆਨ ਉਹਦਾ ਮਿੱਠਾ ਮਿੱਠਾ ਪ੍ਰਕਾਸ਼ ਚੰਦਰਮਾ ਵਰਗਾ ਉਹ ਦੂਜ ਮੰਗ ਮਿਨਾ ਮਿਨਾ ਕਿਵੇਂ ਸੋਝੀ ਆਏਗੀ ਹਲੇ ਸ਼ੁਰੂਆਤ ਹੈ ਸੋਝੀ ਦੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ ਅਖੋਟੀ ਮਤ ਛੱਡ। ਚਿੰਤਾਵਾਂ ਵਿੱਚ, ਦੁੱਖਾਂ ਵਿੱਚ, ਨਫ਼ਰਤ ਵਿੱਚ, ਜ਼ਿੰਦਾ ਵਿੱਚ ਉਲਝ ਕੇ ਗੁਰੂ ਦੀ ਚੱਕਰੀ ਛੱਡੀ ਬੈਠੇ ਆ। ਸੌਮ ਦੀ ਚੱਕਰੀ ਕਰਨੀ ਹੈ। ਸੌਮ ਦੇ ਭਲੇ ਲਈ ਕੁਝ ਕਰਨਾ ਹੈ। ਹਰ ਵੇਲੇ ਇਹ ਜਜ਼ਬਾ ਬਣਾ ਆ ਮਨ ਦਾ ਦੂਸਰੇ ਪਾਸੇ ਜਾਣਾ, ਸੋਚਾਂ ਦਾ ਦੂਸਰੇ ਪਾਸੇ ਜਾਣਾ, ਦੁਤੀਆ ਦੁਰਮਤ ਦੂਰ ਕਰ ਦੇ। ਇਹ ਗੁਰੂ ਕੀ ਸੰਗਤ ਵਿੱਚੋਂ ਦੂਰ ਹੁੰਦੀ ਹੈ ਜੇ ਉਪਦੇਸ਼ਾਂ ਨੂੰ ਮੰਨਾਂਗੇ ਗਿਆਨ ਰੂਪੀ ਨਾਮ ਨੂੰ ਮੰਨਣਾ ਜਪਣਾ ਹੈ ਉਹਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਿਉਣਾ ਸਿਮਰਨ ਰਸ ਨੂੰ ਜਪਣਾ ਹੈ ਇਹਨੂੰ ਨਾਮ ਰਤਨ ਕਿਹਾ ਹੈ ਇਹਦੇ ਨਾਲ ਤੇਰੇ ਅੰਦਰ ਜਜ਼ਬਾ ਆਏਗਾ RAM ਰਤਨ ਮਨ ਤਨ ਵਸੈ ਅਜ ਕਾਮ ਕਰੋਧ ਲੋਭ ਮੀਤ ਐਮਰੇ ਮਿਤਰਾ ਇਹ ਗਿਆਨ ਰੂਪੀ ਨਾਮ ਦਾ ਰਤਨ ਗਿਆਨ ਰੂਪੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਰੂਪੀ ਰਤਨ ਰੱਬ ਦੇ ਨਿਯਮਾਂ ਨੂੰ ਫੋਲੋ ਕਰਨਾ ਉਹਦੇ ਗੁਣਾਂ ਨਾਲ ਜੀਵਨ ਜਿਉਣਾ ਗੁਣਾਂ ਨਾਲ ਪਰਪਕਾਰ ਕਰਨਾ ਤੇ ਰਾਮ ਦਾ ਰਤਨ ਜਦੋਂ ਮਨ ਤੇ ਤਨ ਵਿੱਚ ਵਸ ਜਾਏਗਾ ਤੇ ਦੇ lì ਕਾਮ ਕ੍ਰੋਧ ਲੋਭ ਇਹ ਚੰਗੇ ਨਹੀਂ ਲੱਗਣ ਜਿਹਦੇ ਤੋਂ ਬਚ ਜਾਏਗਾ ਮਰਨ ਮਿਟਾ ਜੀਵਨ ਮਿਲੇ ਬਿਨ ਸਹ ਸਗਲ ਕਲੇਸ਼ ਅਜਿਹੜਾ ਬਾਰ ਬਾਰ ਸੋਚ ਮਰ ਜਾਂਦੀ ਆਨੰਦ ਤੋਂ ਮਰ ਕੇ ਚਿੰਤਾ ਵਿੱਚ ਖੁਸ਼ੀ ਤੋਂ ਮਰ ਕੇ ਦੁੱਖਾਂ ਵਿੱਚ ਗੁਣਾਂ ਤੋਂ ਮਰ ਕੇ ਔਗਣਾ ਵਿੱਚ ਮਿਟ ਜਾਏਗਾ ਜਨਮ ਮਨ ਮਿਟ ਜਾਏ ਅਸਲੀ ਜੀਵਨ ਮਿਲ ਜਾਂਦਾ ਹੈ ਕਿ ਅੰਦਰ ਕਲੇਸ਼ ਚੱਲਦਾ ਹੈ ਆਤਮਾ ਕੁਛ ਹੋਰ ਕਹਿੰਦੀ ਮਨ ਕੁਛ ਹੋਰ ਕਹਿੰਦਾ ਗੁਰੂ ਦੀ ਸੋਝੀ ਕੁਛ ਹੋਰ ਕਹਿ ਰਹੀ ਹੈ ਗਿਆ ਗੁਰੂ ਦਾ ਗਿਆਨ ਕੁਛ ਹੋਰ ਕਹਿ ਰਿਹਾ ਸਾਡਾ ਮਨ ਉਹਦੇ ਉਲਟ ਕਰ ਰਿਹਾ ਅੰਦਰਲਾ ਕਲੇਸ਼ ਮਿਟ ਜਾਏਗਾ ਜਦੋਂ ਅੰਦਰ ਮਿਟ ਗਿਆ ਘਰ ਵਿੱਚ ਮਿਟ ਗਿਆ ਖੋਵਾ ਹੀਰੋ ਕਮਾਲ ਹੈ ਯਾਰੇ ਦੀਆਂ ਬਾਤਾਂ ਤਾਂ ਮੰਨ ਯਾਰੇ ਦੀਆਂ ਬਾਤਾਂ ਤੇ ਵਿਸ਼ਵਾਸ ਤਾਂ ਕਰ ਅਭਿਆਸ ਤਾਂ ਕਰ ਅਸਾਸਤਾ ਕਰ ਇਹ ਅਸਾਸ ਅਭਿਆਸ ਵਿਸ਼ਵਾਸ ਇਹ ਹੀ ਹਿੰਦੇ ਨਾਲ ਜ਼ਿੰਦਗੀ ਅਰਦਾਸ ਬਣਦੀ ਆ ਖਵਾ ਆਪ ਤਜਹੁ ਗੋਬਿੰਦ ਭਜਹੁ ਭਾਉ ਭਗਤ ਪਰਵੇਸ਼ ਭਾਉ ਭਗਤ ਪਰਵੇਸ਼ ਆਪਾ ਆਪਣਾ ਸੁਭਾਅ ਛੱਡ ਦੇ ਆਪਣੀ ਸੋਚ ਛੱਡ ਦੇ ਧਿਆਰੇ ਦੀਆਂ ਬਾਤਾਂ ਮੰਨਣੀਆਂ ਸ਼ੁਰੂ ਕਰ ਗੋਬਿੰਦ ਭਜੋ ਪ੍ਰੇਮ ਕਰ ਪੂਰਾ ਪਾਉ ਭਗਤ ਇੰਨੀ ਗੁੜੀ ਪ੍ਰੀਤ ਕਰ ਪਿਆਰੇ ਦੇ ਬਚਨਾਂ ਵਿੱਚ ਪਿਆਰੇ ਦੇ ਉਪਦੇਸ਼ਾਂ ਲਈ ਸਤ ਕਰਕੇ ਮੰਨ ਸਤ ਕਰਕੇ ਮੰਨਣਾ ਪਿਆਰੇ ਦੇ ਬਚਨਾਂ ਵਿੱਚ ਪ੍ਰਵੇਸ਼ ਕਰਨਾ ਹੁੰਦਾ ਹੈ ਪਿਆਰੇ ਦੇ ਬਚਨਾਂ ਚ ਪ੍ਰਵੇਸ਼ ਕਰਕੇ ਜ਼ਿੰਦਗੀ ਵਿੱਚ ਖੇੜਾ ਹੁੰਦਾ ਹੈ ਪਿਆਰੇ ਦੀ ਗਿਲ ਪਕੜੀ ਦਾ ਰਸ ਹੈ ਸਰਪ੍ਰਾਪਤ ਪਿਆਰਾ ਆਪਣੇ ਪ੍ਰੇਮ ਰਸ ਦੀ ਗਿਲ ਬਕੜੀ ਦੇਣਾ ਚਾਹੁੰਦਾ ਮਿਲਦੀ ਭਾਗਾਂ ਮਨਾ ਲਾਭ ਮਿਲ ਤੋ ਤਾਹਰਾ ਹਰ ਦਰਗਾਹ ਪਤਵੰਤ ਇਹਦੇ ਨਾਲ ਹਮੇਸ਼ਾ ਪ੍ਰੋਫਿਟ ਹੁੰਦਾ ਹੈ ਲਾਭ ਹੁੰਦਾ ਫਾਇਦਾ ਹੁੰਦਾ ਘਾਟੇ ਜ਼ਿੰਦਗੀ ਦੇ ਦੂਰ ਹੋ ਜਾਂਦੇ ਨੇ ਤੇ ਰੱਬ ਦੀਆਂ ਨਜ਼ਰਾਂ ਵਿੱਚ ਰੱਬ ਦੀ ਦਰਗਾਹ ਵਿੱਚ ਇੱਜ਼ਤ ਸਨਮਾਨ ਸਤਕਾਰ ਮਿਲਦਾ ਹੈ ਪਤਵੰਤ ਉਹ ਇੱਜ਼ਤਦਾਰ ਹੁੰਦੇ ਨੇ ਗੁਰੂ ਦੀਆਂ ਨਜ਼ਰਾਂ 'ਚ ਪਤਵੰਤੇ ਹੁੰਦੇ ਨੇ ਸੁਰਗਰੂ ਹੁੰਦੇ ਨੇ ਉਹ RAM ਨਾਮ ਧਨ ਸੰਚਵੈ ਸੱਚਾ ਸ਼ਾਹ ਭਗਵੰਤ ਉਹ ਫਿਰ ਉਹਨਾਂ ਨੂੰ ਪਤਾ ਹੈ ਸਭ ਤੋਂ ਅਮੀਰ ਸਭ ਤੋਂ ਸ਼ਾ ਸੱਚੇ ਮੇਰੇ ਪਿਆਰੇ ਪ੍ਰਭੂ ਨੇ ਕਿ ਉਹਨਾਂ ਦਾ ਉਪਦੇਸ਼ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਇਹ ਅਸਲੀ ਧਨ ਹੈ ਇਹਨੂੰ ਯਾਦ ਰੱਖਣਾ ਮੱਤ ਵਿੱਚ ਰੱਖਣਾ ਇਹ ਧਨ ਦਾ ਵਪਾਰ ਕਰਨਾ ਹੈ ਜ਼ਿੰਦਗੀ ਵਿੱਚ ਜਿਉਣਾ ਰੱਬੀ ਉਪਦੇਸ਼ਾਂ ਨੂੰ ਗੁਰੂ ਦੇ ਉਪਦੇਸ਼ ਅਨਸਾਰ ਜੀਵਨ ਜਿਉਣਾ ਇਹ ਅਮੀਰ ਹੋਣਾ ਹੈ ਤੇ ਪਰਪਕਾਰ ਕਰਨਾ ਇਹ ਉਹਦੇ ਧਨ ਨੂੰ ਵੰਡਣਾ ਹੈ ਊਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਹਰ ਵੇਲੇ ਗੁਰੂ ਦੇ ਨਾਲ ਗੂੜੀ ਪ੍ਰੀਤ ਰੱਬ ਦੇ ਨਾਲ ਗੂੜੀ ਪ੍ਰੀਤ ਗੁਰੂ ਦੇ ਦਿੱਤੇ ਹੋਏ ਗਿਆਨ ਰੂਪੀ ਨਾਮ ਨੂੰ ਪ੍ਰੈਕਟੀਕਲ ਜਿਹਾ ਹੋਵੇ ਰੱਬ ਦਾ ਭਜਨ ਰੱਬ ਦੇ ਨਿਯਮ ਅਨਸਾਰ ਜੀਵਨ ਜਿਹਾ ਹੋਣਾ ਰੱਬ ਦਾ ਭਜਨ ਕੋਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਜੀ ਹੋਣਾ ਪਵਿੱਤਰਨੀ ਵਿੱਚ ਫੈਸਲੇ ਲੈਣੇ ਲੋਕਾਂ ਲਈ ਜੀ ਹੋਣਾ ਪਰਪਕਾਰ ਲਈ ਆਪਾ ਵਰਨਾ ਅਸਲੀ ਭਜਨ ਹੈ ਸਰਪ੍ਰੀਤ ਇਸ ਮਿਸ਼ਨ ਨਾਲ ਨਾਨਕ ਦੁਰਮਤ ਛੁੱਟ ਗਈ ਹਰ ਬ੍ਰਹਮ ਬਸੇ ਚੀਤ ਹੈ ਨਾਨਕ ਦੀ। ਉੱਟੀ ਮਤ ਅੰਦਰ ਨਿਕਲ। ਉਹ ਸੁਭਾਅ, ਉਹ ਸੋਚ, ਉਹ ਵਿਚਾਰਾਂ ਜਿਹੜੀਆਂ ਸ਼ਾਂਤੀ ਖੁਸ਼ੀ ਦੇ ਰਾਬ ਵਿੱਚ ੜਿੱਕਾ ਬਣਦੀਆਂ ਸੀ। ਖੁਸ਼ੀ ਕੋਈ ਨਹੀਂ ਪੰਗ ਕਰਦਾ। ਸਾਡੀਆਂ ਆਪਣੀਆਂ ਵਿਚਾਰਾਂ ਪੰਗ ਕਰਦੀਆਂ, ਆਪਣੀਆਂ ਸੋਚਾਂ ਪੰਗ ਕਰਦੀਆਂ। ਜੇ ਪਿਆਰੇ ਨਾਲ ਪਿਆਰ ਹੈ ਆਪਣੀਆਂ ਸੋਚਾਂ ਤੋਂ ਉੱਪਰ ਉੱਠੀਏ। ਪਿਆਰੇ ਦੇ ਬੋਲਾਂ ਤੇ ਵਿਸ਼ੇ ਇਹ ਉਹ ਰੋਗਾ ਜਿਹਨੂੰ ਪਿਆਰਾ ਚਿੱਤ ਵਿੱਚ ਵਸਦਾ ਹੈ ਉਹਦੀ ਯਾਦ ਬੰਦੀ ਪਾਰ ਬ੍ਰਹਮ ਬਸੇ ਚਿੱਤ ਜਿਹਨੂੰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਅੰਦਰ ਬਣਦੀ ਹੈ ਐ ਪਵਨੀ ਵਿੱਚ ਜਿਉਣਾ ਆ ਜਾਂਦਾ ਹੈ ਉਹ ਖੋਟੀ ਮਤ ਜਿਹੜੀ ਚਿੰਤਾ 'ਚ ਖਿੱਚ ਕੇ ਲੈ ਜਾਂਦੀ ਹੈ ਦੁੱਖਾਂ 'ਚ ਖਿੱਚ ਕੇ ਲੈ ਜਾਂਦੀ ਹੈ ਸ਼ੰਕਾਰ ਨਫ਼ਰਤ ਲੋਭ ਲਾਲਚ ਵਿੱਚ ਖਿੱਚ ਕੇ ਲੈ ਜਾਂਦੀ ਹੈ ਉਹ ਖੋਟੀ ਮਤ ਤੋਂ ਖਿਹੜਾ ਛੁੱਟ ਜਾ ਕੇ ਤੇਰੇ ਅੰਦਰ ਦੂਜ ਦੀ ਥਿਤ ਸ਼ੁਰੂ ਹੋ ਗਈ ਆਖੋ ਥੋੜਾ ਥੋੜਾ ਸੋਜੀ ਦਾ ਚਾਨਣ ਹੋਣਾ ਸ਼ੁਰੂ ਹੋ ਗਿਆ ਭੁੱਲਾ ਚੁੱਕਾਂ ਦੀ ਖਿੰਮਤ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਮਨੁ ਤੀਐ ਸੋ ਸਬਦ ਵਿਚਾਰਾ ਮਨੁ ਤੀਐ ਸੋ ਸਬਦ ਵਿਚਾਰਾ